ਜੈੱਟ ਕਾਰ ਇੱਕ ਅਜਿਹਾ ਮਜ਼ੇਦਾਰ ਖਿਡੌਣਾ ਹੈ ਜੋ ਹਰੇਕ ਬੱਚਾ ਬਹੁਤ ਪਸੰਦ ਕਰੇਗਾ। ਤੁਹਾਨੂੰ ਇੱਕ ਪਲਾਸਟਿਕ ਦੀ ਇੱਕ ਛੋਟੀ ਬੋਤਲ ਚਾਹੀਦੀ ਹੈ ਜਿਸ ਉੱਤੇ ਦੋ ਟਾਇਰ ਲੱਗੇ ਹੋਣ, ਦੋਵੇਂ ਪਾਸੇ ਤੇ ਲੱਗੇ ਹੋਣ। ਇਸ ਦੇ ਨਾਲ ਤੁਹਾਨੂੰ ਇੱਕ ਸਟ੍ਰਾਅ ਦਾ ਮੁੜਿਆ ਹੋਇਆ ਹਿੱਸਾ ਚਾਹੀਦਾ ਹੈ ਜਿਸ ਦੇ ਪਾਸੇ ਰਬੜ ਬੈਂਡ ਨਾਲ ਗੁਬਾਰਾ ਲੱਗਾ ਹੋਵੇ। ਤੇ ਇਹ ਗੱਡੀ ਦੇ ਥੱਲੇ ਦਾ ਨਜ਼ਾਰਾ ਹੈ ਜਿਸ ਵਿੱਚ ਟਾਇਰ ਦੇ ਦੋ ਜੋੜੇ ਹਨ ਜੋ ਆਰਾਮ ਨਾਲ ਘੁੰਮ ਸਕਦੇ ਨੇ। ਹੁਣ ਇੱਕ ਗਲੀ ਬਣਾਓ ਜਿਸ ਵਿੱਚ ਹਰੇ ਰੰਗ ਦੀ ਸਟ੍ਰਾਅ ਦਾ ਹਿੱਸਾ ਰੱਖਿਆ ਜਾ ਸਕੇ, ਉੱਤੇ ਵੱਲ ਗੁਬਾਰਾ ਹੋਵੇਗਾ। ਹੁਣ ਸਟ੍ਰਾਅ ਦੇ ਹਿੱਸੇ ਵਿੱਚ ਹਵਾ ਦੇ ਕੇ ਲਾਲ ਗੁਬਾਰੇ ਨੂੰ ਫੈਲਾਓ, ਇਸ ਪਾਸੇ ਨੂੰ ਆਪਣੇ ਅੰਗੂਠੇ ਨਾਲ ਬੰਦ ਕਰਕੇ ਕਰੋ ਅਤੇ ਗੱਡੀ ਨੂੰ ਪੱਧਰੀ ਜ਼ਮੀਨ ਤੇ ਰੱਖ ਦਿਓ। ਹਵਾ ਸਟ੍ਰਾਅ ਦੇ ਟੁਕੜੇ ਦੇ ਥੱਲੋਂ ਵਾਲੇ ਪਾਸੇ ਬਾਹਰ ਨਿਕਲੇਗੀ ਅਤੇ ਉਹ ਆਸਾਨੀ ਨਾਲ ਅੱਗੇ ਵੱਲ ਨੂੰ ਵਧੇਗੀ। ਇਹ 20 ਫੁੱਟ ਦੀ ਦੂਰੀ ਤੱਕ ਅੱਗੇ ਚੱਲ ਸਕੇਗੀ।